ਤਾਂ ਕਿ ਕਿਸੇ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਅਤੇ ਅਸੀਂ ਰੋਜ਼ ਤਰ੍ਹਾਂ ਚੈਕਿੰਗ ਕਰ ਰਹੇ ਹਾਂ, ਚਲਾਨ ਵੀ ਕੱਟੇ ਜਾ ਰਹੇ ਨੇ ਜਿਹੜੇ ਬਿਨਾਂ ਨੰਬਰ ਪਲੇਟ ਤੋਂ ਅਤੇ ਟ੍ਰਿਪਲਿੰਗ ਕਰਕੇ ਅਤੇ ਲਾਊਡ ਸਪੀਕਰ ਉੱਚੀ ਕਰਕੇ ਅਤੇ ਘੁੰਮ ਰਹੇ ਨੇ, ਅਤੇ ਉਹਨਾਂ ਦਾ ਅਸੀਂ ਚਲਾਨ ਵੀ ਕਰਦੇ ਹਾਂ। ਅਤੇ ਉਹਨਾਂ ਨੂੰ ਮੈਂ ਇੱਕ ਹਦਾਇਤ ਵੀ ਕਰਦਾ ਅਤੇ ਬੇਨਤੀ ਵੀ ਕਰਦਾ ਸ਼ਹਿਰ ਨਿਵਾਸੀਆਂ ਨੂੰ ਕਿ ਸਾਡਾ ਪੁਲਿਸ ਦਾ ਸਾਥ ਦੇਵੋ, ਕਿ ਅਸੀਂ ਫਸੇ ਨਹੀਂ ਹੈ ਇੱਥੇ, ਕਿ ਨਹੀਂ ਤਾਂ ਫਿਰ ਅਸੀਂ ਜਦੋਂ ਚਲਾਨ ਕਰਦੇ ਹਾਂ ਸਪੀਕਰ ਉੱਚੀ ਵਾਲੇ ਜਾਂ ਟ੍ਰਿਪਲਿੰਗ ਵਾਲੇ ਤਾਂ ਸਾਡੀ ਮਿੰਨਤਾਂ ਵੀ ਕਰਦੇ ਨੇ ਉਹ। ਫਗਵਾੜਾ ਸ਼ਹਿਰ ਵਿੱਚ SHO ਥਾਣਾ ਸਿਟੀ ਜਤਿੰਦਰ ਕੁਮਾਰ ਦੀ ਅਗਵਾਈ ਹੇਠ ਗੁਰੂ ਹਰਗੋਬਿੰਦ ਨਗਰ ਵਿਖੇ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰ ਵਾਹਨ ਚਾਲਕਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਜਿਨ੍ਹਾਂ ਵਾਹਨ ਚਾਲਕਾਂ ਦੇ ਕਾਗਜ਼ ਅਧੂਰੇ ਸਨ ਉਹਨਾਂ ਦੇ ਚਲਾਨ ਵੀ ਕੀਤੇ ਗਏ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ SHO ਥਾਣਾ ਸਿਟੀ ਨੇ ਕਿਹਾ ਕਿ ਸੀਨੀਅਰ ਅਫਸਰਾਂ ਦੇ ਦਿਸ਼ਾ ਨਿਰਦੇਸ਼ 'ਤੇ ਰੋਜ਼ਾਨਾ ਦੀ ਤਰ੍ਹਾਂ ਇਹ ਨਾਕਾਬੰਦੀ ਕੀਤੀ ਹੋਈ ਹੈ। ਉਹਨਾਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖਣ ਅਤੇ ਨਾਲ ਹੀ ਉਹਨਾਂ ਸ਼ਹਿਰ ਵਿੱਚ ਘੁੰਮ ਰਹੇ ਬਿਨਾਂ ਨੰਬਰ ਪਲੇਟ 'ਤੇ ਟ੍ਰਿਪਲ ਰਾਈਡਿੰਗ ਕਰਨ ਵਾਲੇ ਅਤੇ ਨਾਲ ਹੀ ਉਹਨਾਂ ਗੱਡੀਆਂ ਵਿੱਚ ਉੱਚੀ ਆਵਾਜ਼ ਵਿੱਚ ਮਿਊਜ਼ਿਕ ਸਿਸਟਮ ਲਗਾ ਕੇ ਘੁੰਮਣ ਵਾਲਿਆਂ ਨੂੰ ਸਖ਼ਤ ਤਾੜਨਾ ਕਰਦੇ ਹੋਏ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਕੀਮਤ 'ਤੇ ਵੀ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਸ਼ਹਿਰ ਵਾਸੀਆਂ ਨੂੰ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਹੋਰ ਅੱਗੇ ਗੱਲਬਾਤ ਕਰਦਿਆਂ ਉਹਨਾਂ ਕੀ ਕਿਹਾ, ਦੇਖੋ ਪੂਰੀ ਖਬਰ। ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ। ਹਾਂਜੀ ਸਰ, ਅੱਜ ਦੀ ਜਿਹੜੀ ਚੈਕਿੰਗ ਆ, ਹਾਂਜੀ ਇਹ ਰੋਜ਼ ਦੀ ਤਰ੍ਹਾਂ ਸਾਡੇ ਜੋ ਸੀਨੀਅਰ ਅਫਸਰਾਂ ਵੱਲੋਂ ਹੁਕਮ ਹੁੰਦੇ ਨੇ ਅਸੀਂ ਰੋਜ਼ ਦੀ ਤਰ੍ਹਾਂ ਇੱਥੇ ਚੈਕਿੰਗ ਕਰਦੇ ਹਾਂ, ਜੋ ਇਹ ਕਰਾਊਡੀ ਏਰੀਆ ਹੈ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਅਤੇ ਅਸੀਂ ਰੋਜ਼ ਤਰ੍ਹਾਂ ਚੈਕਿੰਗ ਕਰ ਰਹੇ ਹਾਂ, ਚਲਾਨ ਵੀ ਕੱਟੇ ਜਾ ਰਹੇ ਨੇ ਜਿਹੜੇ ਬਿਨਾਂ ਨੰਬਰ ਪਲੇਟ ਤੋਂ ਅਤੇ ਟ੍ਰਿਪਲਿੰਗ ਕਰਕੇ ਅਤੇ ਲਾਊਡ ਸਪੀਕਰ ਉੱਚੀ ਕਰਕੇ ਅਤੇ ਘੁੰਮ ਰਹੇ ਨੇ, ਅਤੇ ਉਹਨਾਂ ਦਾ ਅਸੀਂ ਚਲਾਨ ਵੀ ਕਰਦੇ ਹਾਂ। ਅਤੇ ਉਹਨਾਂ ਨੂੰ ਮੈਂ ਇੱਕ ਹਦਾਇਤ ਵੀ ਕਰਦਾ ਅਤੇ ਬੇਨਤੀ ਵੀ ਕਰਦਾ ਸ਼ਹਿਰ ਨਿਵਾਸੀਆਂ ਨੂੰ ਕਿ ਸਾਡਾ ਪੁਲਿਸ ਦਾ ਸਾਥ ਦੇਵੋ, ਕਿ ਅਸੀਂ ਤੁਹਾਡੇ ਲਈ ਹਾਂ ਇੱਥੇ, ਕਿ ਨਹੀਂ ਤਾਂ ਫਿਰ ਅਸੀਂ ਜਦੋਂ ਚਲਾਨ ਕਰਦੇ ਹਾਂ ਸਪੀਕਰ ਉੱਚੀ ਵਾਲੇ ਜਾਂ ਟ੍ਰਿਪਲਿੰਗ ਵਾਲੇ ਤਾਂ ਸਾਡੀ ਮਿੰਨਤਾਂ ਵੀ ਕਰਦੇ ਨੇ ਉਹ, ਸਾਨੂੰ ਵੀ ਚੰਗਾ ਨਹੀਂ ਲੱਗਦਾ, ਅਸੀਂ ਵਾਰ ਵਾਰ ਇੱਦਾਂ ਕਰਦੇ ਹਾਂ। ਅਤੇ ਇਸ ਕਰਕੇ ਹਦਾਇਤ ਹੈ ਆਪਣਾ ਇੱਦਾਂ ਨਾ ਕਰੋ, ਤਾਂ ਕਿ ਸਾਨੂੰ ਵਾਰ ਵਾਰ ਚਲਾਨ ਕਰਨ ਦਾ ਸਾਨੂੰ ਇੱਦਾਂ ਕਰਨੇ ਪੈਂਦੇ ਆ ਚਲਾਨ। ਸੋ ਇਸ ਕਰਕੇ ਅਸੀਂ ਰੋਜ਼ ਦੀ ਤਰ੍ਹਾਂ ਇੱਥੇ ਲਾਕਾ ਲਾਉਂਦੇ ਹਾਂ, ਅਤੇ ਅਸੀਂ ਟ੍ਰਿਪਲਿੰਗ ਬਿਨਾਂ ਨੰਬਰ ਪਲੇਟ 'ਤੇ ਉੱਚੀ ਲਾਊਡ ਸਪੀਕਰ ਇਹ ਬਿਲਕੁਲ ਨਹੀਂ ਚੱਲੂਗਾ ਇੱਥੇ, ਅਤੇ ਉੱਥੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਰੂਟੀਨ ਵਾਈਜ਼ ਨਾਕਾ ਲੱਗ ਰਿਹਾ ਜੀ? ਬਿਲਕੁਲ ਜੀ, ਰੂਟੀਨ ਵਾਈਜ਼ ਜੋ ਸੀਨੀਅਰ ਅਫਸਰਾਂ ਵੱਲੋਂ ਡੇਲੀ ਨਾਕੇ ਆਉਂਦੇ ਨੇ ਸਾਡੇ, ਅਸੀਂ ਰੋਜ਼ ਦੀ ਰੋਜ਼ ਤਰ੍ਹਾਂ ਹਰ ਜਗ੍ਹਾ ਬਦਲ ਬਦਲ ਕੇ ਨਾਕੇ ਲਾਉਂਦੇ।